इतिहासक नगरी श्री मुक्तसर साहब के जल भंडारों के विचों गंदा पानी निकल रहा है। दरअसल काला पानी आने के नाल लोग काफ़ी परेशान ने। अधिकारियों ने कहा है कि पाइप पुराने ने, फंड आने तो बाद ही इन्हों का कोई निपटारा किया जा सकता है। लोग काफ़ी परेशान ने, पानी की समस्या तो उन्होंने जूझना पै रहा है। दरअसल टूटियां दे विच गंदा पानी आने दे नाल किसी भी कारज के लिए इस्तेमाल नहीं हो सकता, जिस करके लोगों को परेशानियों का सामना करना पै रहा है। ब्यूरो रिपोर्ट अज की आवाज़। घरां दे विच सीवरेज का जो मिक्स किया हुआ पानी आ रहा है, बहुत मंदभागी घटना है। गर्मी के सीजन दे विच पानी की मंग वध हो जाती है, पीने लई भी अते होर बथेरे कामां लई, पर इदा सीवरेज का जो गंदा पानी आउंदा है बहुत माड़ी गल है। मैं पंजाब सरकार नूं बेनती करदा मुक्तसर प्रशासन नूं कि मुक्तसर पवित्र शहर है और इत्थे जो पीण वाला पानी साफ सुथरा होना चाहिए। सीवरेज के पानी नाल कई तरह दीयां बीमारियां फैलन का डर है, जिस तरह हैजा है, ठीक है, इस तरह भयानक बीमारियां फैलन का डर है। और मंग साडी इक्को ही है कि पानी है जो वह साफ सुथरा आना चाहिए। मेरा नाम संजीव कुमार टिंकू है जी। टिंकू जी, नहरी पानी किस तरह आ रहा है? नहरी पानी जी देखो तुहानू मेरे नाल ना ज़्यादा पता होंदा जी, क्योंकि तुसीं शहर दे विच रहिंदे हो ते नहरी पानी पूरा गंदा आ गया जी। दो तीन दिन पहला भी साढ़े घर पूरा गंदा पानी आया सीगा ते मैं बाल्टी दे विच आ वेख्या गंद है नहीं गा, ते असीं उवें आपदी टूटी बंद करके टैंकी तो भी कनैक्शन बंद करता भी एक गंदा पानी टैंकी दे विच चढ़ना जाए जी। किन्ने समय तो जिहड़ा माड़ा पानी आ रहा है? देखो हो गए मेरे हिसाब ना कोई बड़े हिसाब ना 15-20 दिन हो गए जी पानी गंदे आउंदे। समस्या का हल देखो जी, शिकायत करन की उत्थे लिखाया कर गया जी, करदे दिन च कम कई बारी टप जांदा जी, पर साडे कोल इन्ना टाइम नहीं हुंदा भी दूजा पानी चढ़ा के आपदा टाइम पास कर लईदा जी। की मंग करदे? मंग यही करदे आ कि पानी साफ आना चाहीदा जी, यही मंग है जी। हो साडे दा कोई मंग नहीं सर, ਕਾਲਾ ਪਾਣੀ ਆ ਰਿਹਾ ਹੈਗਾ, ਸੀਵਰੇਜ ਵਾਲਾ ਪਾਣੀ ਜਿਹੜਾ ਹੈਗਾ ਟੂਟੀਆਂ ਦੇ ਵਿੱਚ, ਕੀ ਕਾਰਨ ਕੀ ਲੱਗਦੇ ਹੈਗੇ ਕਿਉਂ ਆ ਰਿਹਾ? ਕਾਰਨ ਜੀ ਆ ਹੀ ਹੈਗਾ ਜੀ, ਪੁਰਾਣੇ ਆਪਣੇ ਪਾਈਪ ਹੈ ਸੀ, ਕਾਫੀ ਪੁਰਾਣਾ ਸ਼ਹਿਰ ਹੈ ਮੁਕਤਸਰ, ਇਤਿਹਾਸਿਕ ਸ਼ਹਿਰ ਹੈ, 30-35 ਸਾਲ ਪੁਰਾਣੇ ਪਾਈਪ ਪਏ ਨੇ ਅਤੇ ਅੰਮ੍ਰਿਤ ਫੇਸ 2.0 ਵਿੱਚ ਇਹਨੂੰ ਰਿਪਲੇਸ ਕਰਨ ਦੀ ਹੈਗੀ ਅਤੇ ਸਰਕਾਰ ਨਾਲ ਫੰਡ ਮੰਗੇ ਹੋਏ, 6 ਮਹੀਨੇ ਸ਼ਾਇਦ ਆ ਜਾਣਗੇ। ਉਹਨੇ ਪਿੱਛੇ ਪਾਸ ਹੋਈ ਸੀ ਇਸਦੀ ਉਹ SLTC ਮੀਟਿੰਗ PMIDC ਤੋਂ, ਅਤੇ ਬਾਕੀ ਜਦੋਂ ਵੀ ਆਪਾਂ ਛੋਟੇ ਮੋਟੇ ਕੰਮਾਂ ਨਾਲ ਤਾਂ ਇਹਨੂੰ ਕਰਦੇ ਹੀ ਹਾਂ ਬਈ, ਜਿੰਨਾ ਹੱਲ ਹੋ ਸਕੇ ਉਨਾ ਹੱਲ ਕੀਤਾ ਹੀ ਜਾ ਰਿਹਾ ਅਤੇ ਫਿਊਚਰ ਵਿੱਚ ਹੋਰ ਕੀਤਾ ਜਾਏਗਾ। ਅਤੇ ਪਾਈਪਲਾਈਨ ਰਿਪਲੇਸ ਕਰੇ ਬਿਨਾਂ ਹੋਰ ਵੀ ਇੱਕ ਹੱਲ ਹੈਗਾ, ਜਦੋਂ ਲੋਕ ਆਪਣੇ ਕਨੈਕਸ਼ਨ ਕਰਾਏ ਅਤੇ ਨਾਲ ਖੁਦ ਖੜ੍ਹੇ ਹੋ ਕੇ ਕਰਾਏ ਕਿ ਜਦੋਂ ਨਾਲ ਕਨੈਕਸ਼ਨ ਹੋ ਰਿਹਾ ਢੰਗ ਦੇ ਤਰੀਕੇ ਨਾਲ ਹੋ, ਤਾਂ ਕਿ ਕਨੈਕਸ਼ਨ ਨਾਲ ਮਿਕਸਿੰਗ ਨਾ ਹੋ। ਮੇਨ ਜੋ ਕਾਰਨ ਆ ਵੀ ਹੈ ਕਿ ਲੋਕਾਂ ਦਾ ਕਨੈਕਸ਼ਨ ਖਰਾਬ ਹੁੰਦਾ, ਉਸ ਕਰਕੇ ਵੀ ਮਿਕਸਿੰਗ ਹੁੰਦੀ ਹੈ। ਕਈ ਵਾਰੀ ਵੀ ਹੁੰਦਾ ਸਿਰਫ ਪਰਟੀਕੁਲਰ ਘਰ ਵਿੱਚ ਮਿਕਸਿੰਗ ਹੈ, ਬਾਕੀ ਗਲੀ 'ਚ ਪੂਰੀ ਠੀਕ ਹੈਗੀ। ਆਹ ਬਹੁਤ ਕੰਪਲੇਂਟ ਆਉਂਦੀ ਹੈ, ਉਸ ਵਿੱਚ ਲੋਕਾਂ ਦਾ ਕਨੈਕਸ਼ਨ ਆਪਣਾ ਹੋਏਗਾ। ਬਾਕੀ ਜੋ ਪੁਰਾਣੀ ਪਾਈਪਾਂ ਹੈਗੀ ਉਹ ਜਦੋਂ ਰਿਪਲੇਸ ਹੋ ਜਾਣਗੀ ਤਾਂ ਸ਼ਹਿਰ ਵਿੱਚ ਪਾਣੀ ਬਿਲਕੁਲ ਸਾਫ਼ ਆ ਜਾਏਗਾ। ਅਤੇ ਆਪਾਂ ਪੂਰੀ ਉਹ ਕਰ ਰਹੇ ਹਾਂ ਵੀ ਪਹਿਲ ਕਿ ਪਾਣੀ ਠੀਕ ਆਏ ਅਤੇ ਸਾਫ਼ ਹੋ ਜਾਏ। ਕਿੰਨੇ ਕੁ ਫੰਡਸ ਜਿਹੜੇ ਹੈਗੇ ਆ ਰਹੇ ਨੇ ਜਾਂ ਇਸ ਅੰਮ੍ਰਿਤ ਫੇਸ 2.0 ਵਿੱਚ ਜੀ 53 ਕਰੋੜ ਦਾ ਫੰਡ ਹੈਗਾ ਜੋ ਆਉਣਾ ਹੈ ਮੁਕਤਸਰ ਸ਼ਹਿਰ ਲਈ, ਸੀਵਰ ਦਾ ਵੀ ਹੈਗਾ ਅਤੇ ਉਸਦਾ ਵੀ ਹੈਗਾ, ਪਾਣੀ ਦਾ ਵੀ ਹੈਗਾ। ਅਤੇ 6 ਮਹੀਨੇ ਜਾਂ 8 ਮਹੀਨੇ ਇਸ ਨੂੰ ਲੱਗਣਗੇ ਫੰਡ ਆਉਣ ਨੂੰ, ਪਿੱਛੇ ਪਾਸ ਹੋਣ ਦੀ ਉਹ ਆਈ ਸੀ ਇੱਕ ਨੋਟੀਫਿਕੇਸ਼ਨ ਜੀ, ਅਤੇ ਜਦੋਂ ਆ ਜਾਣਗੇ ਉਹਦੇ ਬਾਅਦ ਕੰਮ ਹੋਗਾ ਤਾਂ ਆਹ ਚੀਜ਼ ਠੀਕ ਹੋ ਜਾਏਗੀ। ਕੀ ਲੱਗਦਾ ਕਦੋਂ ਤੱਕ ਲੋਕਾਂ ਨੂੰ ਇਸ ਤੋਂ ਪਰੇਸ਼ਾਨੀ ਦਾ ਸਾਹਮਣਾ? ਜੀ ਦੇਖੋ 6-8 ਮਹੀਨੇ 'ਚ ਫੰਡ ਆਉਣ ਲੱਗੇਗਾ ਅਤੇ ਉਹਦੇ ਬਾਅਦ ਕੰਮ ਹੋਣ ਵਿੱਚ ਵੀ ਟਾਈਮ ਲੱਗੇਗਾ, ਤਾਂ ਨਹੀਂ ਫੰਡ ਆਉਣ ਤੋਂ ਹੋ ਜਾਣਾ। ਕੰਮ ਹੋਣ ਵਿੱਚ ਮੈਨੂੰ ਲੱਗਦਾ ਵੀ ਸਾਲ ਦਾ ਟਾਈਮ ਤਾਂ ਲੱਗੇਗਾ ਹੀ ਲੱਗੇਗਾ, ਸਾਲ ਸਵਾ ਸਾਲ ਦਾ, ਅਤੇ ਥੋੜ੍ਹਾ ਇੰਨਾ ਇੱਕ ਟਾਈਮ ਲੋਕਾਂ ਨੂੰ ਵੀ ਕਰਨਾ ਹੀ ਪਵੇਗਾ। ਓਕੇ, ਹੁਣ ਇੱਕ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਹੈ, ਕਿਉਂਕਿ ਉਹਦੇ ਵਿੱਚ ਗੰਦਾ ਪਾਣੀ ਜਿਹੜਾ ਸੀਵਰੇਜ ਦਾ ਮਿਕਸ ਹੋ ਕੇ ਆ ਰਿਹਾ ਜੀ। ਮੈਂ ਸ਼ਾਮ ਲਾਲ ਗੋਇਲ, ਜ਼ਿਲ੍ਹਾ ਪ੍ਰਧਾਨ ਨੈਸ਼ਨਲ ਕੰਜ਼ੂਮਰ ਬਿਜ਼ਨਸ ਤੋਂ ਬੋਲਦਾ। ਮੁਕਤਸਰ ਦੇ ਜਿਹੜਾ ਸ਼ਹਿਰ ਹੈ ਇਹਦੀ 1.5 ਲੱਖ ਦੀ ਆਬਾਦੀ ਹੈ ਅਤੇ ਇਹਦੀ ਵਾਟਰ ਸਪਲਾਈ ਨੂੰ 3 ਹਿੱਸਿਆਂ 'ਚ ਵੰਡਿਆ, ਇੱਕ ਲਾਈਨੋ ਪਾਰ, ਇੱਕ ਮੇਨ ਵਾਟਰ ਵਰਕਸ, ਇੱਕ ਚੱਕ ਬੀੜ ਸਰਕਾਰ। 4 ਟੈਂਕ ਤਾਂ ਮੇਨ ਵਾਟਰ ਵਰਕਸ 'ਚ ਹੈ, 3 ਇੱਕ ਟਿੱਬੀ ਸਾਹਿਬ ਰੋਡ 'ਤੇ ਹੈ ਅਤੇ 2 ਆਪਣੇ ਚੱਕ ਬੀੜ ਸਰਕਾਰ ਹੈ। ਇਹਨਾਂ ਵਾਸਤੇ 31 ਕਰੋੜ ਦਾ ਅੰਮ੍ਰਿਤ ਪ੍ਰੋਜੈਕਟ ਸੈਂਕਸ਼ਨ ਹੋਇਆ, ਸਰਹੰਦ ਫੀਡਰ ਤੋਂ ਮੋਗਾ ਲੱਗਣਾ ਅਤੇ ਮੁਕਤਸਰ ਮੇਨ ਵਾਟਰ ਵਰਕਸ ਪਾਣੀ ਆਉਣਾ। ਉਹ ਪਾਈਪ ਪੈ ਚੁੱਕਿਆ ਅਤੇ ਉਹਦਾ 27 ਲੱਖ ਰੁਪਈਆ ਸੈਂਕਸ਼ਨ ਦਾ ਇਰੀਗੇਸ਼ਨ ਵਾਲੇ ਨੇ ਮੰਗਿਆ, ਉਹ ਫੰਡ ਇਹਨਾਂ ਕੋਲ ਹੈ ਨਹੀਂ, ਉਹ ਸੈਂਕਸ਼ਨ ਹੋਊਗਾ ਅਤੇ ਫਿਰ ਪਾਣੀ ਚੱਲੂਗਾ। ਸੈਕਿੰਡ ਹੈ ਵੀ ਇਹਨਾਂ ਨੇ 8 ਜ਼ੋਨ ਬਣਾਏ ਹੈ,
ਮੁਕਤਸਰ ਦੀ ਅਤੇ 5 ਕਰੋੜ ਦੀ ਲੈਬੋਰਟਰੀ ਬਣਾਈ ਹੈ। ਜਿੰਨਾ ਚਿਰ ਉਹ ਸਿਸਟਮ ਨਹੀਂ ਠੀਕ ਹੁੰਦਾ ਉਹਨਾਂ ਚਿਰ ਪਾਣੀ ਦੀ ਸਪਲਾਈ ਠੀਕ ਨਹੀਂ ਹੁੰਦੀ। ਕੀ ਤੁਹਾਨੂੰ ਲੱਗਦਾ ਨਹੀਂ ਹੈਗਾ ਪੇਪਰ ਟੁੱਟੇ ਹੋਏ ਨੇ ਉਹਦੇ ਕਾਰਨ ਹੀ ਜਿਹੜਾ ਇਹ ਮਿਕਸਿੰਗ ਹੁੰਦਾ ਜਿਹੜਾ ਪਾਣੀ ਹੈ? ਇਹ ਜਿਹੜੇ ਸੀਵਰੇਜ ਅਤੇ ਵਾਟਰ ਵਰਕਸ ਦਾ ਸਿਸਟਮ ਹੈ ਨਾ, ਇਹਨੂੰ 2 ਤਰ੍ਹਾਂ ਦੇ ਫੰਡ ਮਿਲਦੇ ਆ। ਕੁਛ ਤਾਂ ਸਟੇਟ ਦਿੰਦੇ ਆ, ਕੁਛ ਸੈਂਟਰ ਗੌਰਮੈਂਟ ਅੰਮ੍ਰਿਤ ਪ੍ਰੋਜੈਕਟ ਦੇ ਪੈਸੇ ਆਏ ਸੀ, ਉਹ ਉਹਨਾਂ ਦਾ ਵਿਧਾਨ ਆ ਵੀ ਕਮੇਟੀ ਨੂੰ ਪੈਸੇ ਦੇਣੇ ਆ, ਕੌਂਸਲ ਲੈਂਦੀ ਨਹੀਂ ਉਹ ਵਾਪਸ ਹੋ ਗਈ। ਜੋ ਪੈਸੇ ਯੂਜ ਹੋ ਜਾਂਦੇ ਸੀਵਰੇਜ ਸਿਸਟਮ ਵੀ ਠੀਕ ਹੋ ਜਾਣਾ ਸੀ, ਵਾਟਰ ਵਰਕਸ ਦੀਆਂ ਪਾਈਪਾਂ ਚੇਂਜ ਕਰਨ ਵਾਸਤੇ ਵੀ 22 ਕਰੋੜ ਰੁਪਏ ਆਇਆ ਸੀ, ਉਹ ਵੀ ਵਾਪਸ ਚਲਾ ਗਿਆ। ਕਾਰਨ ਕੀ ਰਿਹਾ ਜੀ, ਵਾਪਸ ਕਿਉਂ ਗਿਆ? ਮਿਊਂਸਪਲ ਕਮੇਟੀ ਹੈਂਡਓਵਰ ਲੈਣ ਨੂੰ ਤਿਆਰ ਨਹੀਂ, ਵਿਧਾਨ ਇਹ ਕਹਿੰਦਾ ਵੀ ਚੁਣੇ ਹੋਏ ਮੈਂਬਰਾਂ ਰਾਹੀਂ ਕੰਮ ਹੋਣਾ ਚਾਹੀਦਾ, ਜੇ ਚੁਣੇ ਹੋਏ ਮੈਂਬਰ ਆਪਦੀ ਫਰਜ਼ ਪੂਰਾ ਨਹੀਂ ਕਰਦੇ ਤਾਂ ਫਿਰ ਸਰਕਾਰ ਦੀ ਨਲਾਇਕੀ ਹੈ।